Prin vârmandene la căiu să fă, o să valna de a, o la căiu să fă. चंद सुखन पैरवी दास पेश करांगा और चंद सुखन किताबी दास पेश करांगा। बाद लोग फोन करते ने कि शाह जी जदों किरे बंदे हो तो ज्यादा किताबी अंदाज में पढ़ते हो, ये बंदा दी एक मोहब्बत होंदी है और ज्यादा जिला गुजरात जेड़ा है किताबी अंदाज में बड़ा अच्छा मोहब्बत दे नाल सुनदा है और लोगों की फरमाइश उत्ते आके ये मैं कलाम पेश करना थोड़ी सारी तवज्जो चाहूंगा जी। एक सदी की आदलियों
ਸਖੀ ਲਖ ਦਾਤਾ ਚੌਥਾ ਸ਼ਾਹ ਮਰਦਾਂ ਦਾ ਸੀ ਨਾਲ ਇਸ਼ਕ ਮੁਦਮਾਤਾ ਤੇ ਗਾਲਬ ਸ਼ੇਰ ਅੱਲਾ ਦਾ ਸੀ ਭਾਈ ਪਾਕ ਨਬੀ ਦਾ ਉਹ ਗਿਣਤਰੀ ਵਿੱਚ ਤੇ ਰੁਤਬਾ ਸ਼ਾਹ ਅਲੀ ਦਾ ਕੁਰਬਾਨ ਹਜ਼ੂਰ ਕੜੀ ਫਰਮਾਂਦੇ ਨੇ ਨਾਮ ਉਹਦਾ ਸੁਣ ਜ਼ੋਰ ਕੱਟੇਗਾ ਹਾਂਜੀ ਸਰਕਾਰ ਕੜੀ ਫਰਮਾਂਦੇ ਨੇ ਪਾਇ ਰਿਆਜ਼ ਜੀ ਓ ਨਾਮ ਉਹਦਾ ਸੁਣ ਜ਼ੋਰ ਕੱਟੇਗਾ ਤੇ ਦੇਵਤਿਆਂ ਅਫਰੀਤਾਂ ਨਾਰਾ ਸੁਣ ਕੇ ਕੋਟ ਗਿਰਨਗੇ ਤੇ ਪੋਸੀ ਪੱਜ ਪਲੀਤਾਂ ਤੇ ਦੁਲ ਦੁਲ ਦਾ ਸਵਾਰ ਹੋਵੇਗਾ ਤੇ ਖੈਬਰ ਦਲ ਦਲ ਕਰਸੇ ਦਲ ਦਲ ਸੁੱਟ ਸੀ ਲੱਖ ਕੁਫਾਰੇ ਉਹ ਜਿੱਤ ਪਾਸੇ ਮੂੰਹ ਤਰ ਸੀ ਤੇ ਚੋਟ ਉਹਦੀ ਕੋਈ ਕੋਟ ਨਾ ਚੱਲ ਸੀ ਦੁਸ਼ਮਣ ਮਲਸਣ ਮੰਜਾ ਸੈਰ ਉਸਮਤ ਲੱਖ ਬਾਮਣ ਸਾਨੀ ਤੇ ਚੱਲ ਨਾ ਸਤਸਣ ਪੰਜਾ ਭਾਈ ਰਿਆਜ਼ ਜੀ ਚੰਦ ਸੁਖਨ ਸਰਕਾਰ ਦੇ ਕਿਤਾਬੀ ਦਾ ਅੱਜ ਪੇਸ਼ ਕਰਨਾ ਔਰ ਇੱਥੋਂ ਆਖਰੀ ਸਰਕਾਰ ਨੇ ਬੜੀ ਮਰਫਤ ਲਿਖੀ ਥੋੜ੍ਹੀ ਸਾਰੀ ਤਵੱਜੋ ਹੀ ਚਾਹਾਂਗਾ ਜ਼ੋਰ ਉਹਦਾ ਜੀ ਕੋਈ ਔਰ ਨਾ ਜਲਸੀ ਔਫਤ ਯਾਰ ਮੈਦਾਨੋਂ ਦੀਨ ਸਲਾਮ ਕਰੇਗਾ ਪੱਕਾ ਤੇ ਕੜਸੀ ਕੁਫਰ ਏ ਜਾਨੋ ਸਫਦਰ ਸ਼ੇਰ ਬਹਾਦਰ ਐਦਰ ਸਫਦਰ ਸ਼ੇਰ ਬਹਾਦਰ ਸ਼ਾਦਲੇ ਸਬਾਈ ਸੈ ਸੂਰਜ ਥੀ ਰੋਸ਼ਨ ਸੀ ਔਕ
ਕਰ ਸੀ ਦੂਰ ਸਿਆਈ ਸਰਕਾਰ ਕੜੀ ਫਰਮਾਉਂਦੇ ਨੇ ਤੇ ਜ਼ਮੀਨਾਂ ਤੇ ਆਸਮਾਨਾਂ ਉੱਤੇ ਨੌਬਤ ਉਸ ਦੀ ਏ ਕੁਰਸੀ ਤੇ ਉਰਾ ਮੁਲਕ ਨਸੀਬ ਹੋਣਗੇ ਜਿਸ ਪਾਸੇ ਉੱਠ ਟੁਰਸੀ ਤੇ ਨੌਕਰ ਜਿਸਦੇ ਐਸੇ ਹੋਣ ਸੁਲਤਾਨ ਉਹਨਾਂ ਦਾ ਤੇ ਨੂਰੀ ਬਦਨ ਮੁਬਾਰਕ ਉਹ ਸੀ ਸਰਵਰ ਸ਼ਾਹ ਸ਼ਹਾਂ ਦਾ ਤੇ ਆਦਮ ਜਿਨ ਮਲੈਕਾਂ ਉਰੇ ਸਰਕਾਰ ਫਰਮਾਉਂਦੇ ਨੇ ਆਦਮ ਜਿਨ ਮਲੈਕਾਂ ਉਰਾਂ ਆਦਮ ਜਿਨ ਮਲੈਕਾਂ ਉਰਾਂ ਸਭੋ ਤਫੈਲ ਉਹਨਾਂ ਦੀ ਓ ਸੁਲਤਾਨ ਨਬੀ ਸੁਦੈਂਦਾ ਔਰ ਟਪੈਲ ਉਹਨਾਂ ਦੀ ਆਦਮ ਅਜੇ ਆਦਮ ਅਜੇ ਨਾ ਹੋਇਆ ਜਾਂ ਉਸ ਨਬੀ ਕਹਾਇਆ ਅੰਬਰ ਧਰਤੀ ਦੋਜ਼ਖ ਜੰਨਤ ਖਾਤਰ ਉਸਦੀ ਲੋ ਜਨਾਬ ਭਾਈ ਰਿਆਜ਼ ਜੀ ਇੱਕ ਦੋ ਸੁਖਨ ਜਗਦੇ ਪੇਸ਼ ਕਰਾਂਗਾ ਜੀ ਜੀ ਕਿਉਂਕਿ ਸਰਕਾਰ ਕੜੀ ਫਰਮਾਉਂਦੇ ਨੇ ਜੋ ਕਿਸੇ ਦਾ ਆਸ਼ਿਕ ਹੋਵੇ ਗੱਲ ਉਸੇ ਦੀ ਕਰਦਾ ਸਹਿ ਸਹਿਮਤ ਕੁਰਬਾਨੀ ਕਰਦਾ ਮਰਨੇ ਉਸਨੇ ਮਰਦਾ ਜੀ ਡੇਰਾ ਸਾਡਾ